ਇਹਨਾਂ ਦੇ ਬੰਦੇ ਬਣਨਾ ਨੇ ਛਿੱਤਰਾਂ ਤੋਂ ਬਿਨਾਂ, ਔਰ ਤੁਸੀਂ ਕੁਛ ਨਹੀਂ ਬਣਾਉਣੇ। ਛਿੱਤਰ ਦੇਖਿਓ ਇੱਧਰ ਕਿੱਦਾਂ। 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਕੱਬੀ ਖਾਨ ਖੰਘਦਾ ਇੱਥੇ। ਉਹਨਾਂ ਕੋਲ ਉੱਥੇ ਡਾਂਗਾਂ ਖਾਧੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤੋਂ ਪਰਸੋਂ, ਉੱਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾਂ। ਹੈਂ, ਇਹ ਤਾਂ ਮੇਰੇ ਸਾਹਮਣੇ ਹੋਇਆ। ਮੈਂ ਮਿੰਨਤਾਂ ਪਾਉਂਦਾ ਰਹਿੰਦਾ, ਕਿਸੇ ਨਾਲ ਲੜਿਓ ਨਾ, ਫਸਾਦ ਨਾ ਕਰੋ ਪਿੰਡ 'ਚ। ਰੋਜ਼ ਅਪੀਲ ਕਰਦਾ, ਨਹੀਂ ਤਾਂ ਬਾਬਾ ਜੀਵਨ ਸਿੰਘ ਦੀਆਂ ਫੌਜਾਂ 'ਚ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ। ਗਰੀਬ ਦੇ ਗੁੱਸੇ ਤੋਂ ਬਚੋ, ਗਰੀਬ ਦੀ ਬਦਦੁਆ ਤੋਂ ਬਚੋ। ਮੇਰਾ ਸੁਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ। ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ। ਔਰ 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਕੱਬੀ ਖਾਨ ਖੰਘਦਾ ਇੱਥੇ। ਯਾਰ ਕੋਈ ਖਿਲਾਫਤ ਦਾ ਜ਼ਮਾਨਾ ਹੀ ਨਹੀਂ ਗਾ। ਪੈਰਾਂ 'ਚ ਪਿਆ ਨੂੰ ਪੈਰਾਂ 'ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ। ਮੈਂ ਇੱਕ ਦਿਨ ਇੱਦਾਂ ਸਿਰ ਕਰ ਦਿੱਤਾ, ਮੈਂ ਕਿਹਾ ਸਿਰ ਚਾਹੀਦਾ ਸਿਰ ਲੈ ਲਓ, ਤੁਸੀਂ ਸਾਡੇ ਭਾਈ ਆ ਗੁੱਸੇ 'ਚ। ਇਹਨਾਂ ਦੇ ਬੰਦੇ ਬਣਨਾ ਨੇ ਛਿੱਤਰਾਂ ਤੋਂ ਬਿਨਾਂ, ਔਰ ਤੁਸੀਂ ਕੁਛ ਨਹੀਂ ਬਣਾਉਣੇ। ਛਿੱਤਰ ਦੇਖਿਓ ਇੱਧਰ ਕਿੱਦਾਂ ਦੇ। ਹੰਸਰਾਜ ਜੀ ਹੰਸਰਾਜ ਜੀ। 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਕੱਬੀ ਖਾਨ ਖੰਘਦਾ ਇੱਥੇ। ਇਹਨਾਂ ਦੇ ਬੰਦੇ ਬਣਨਾ ਨੇ ਛਿੱਤਰਾਂ ਤੋਂ ਬਿਨਾਂ, ਔਰ ਤੁਸੀਂ ਕੁਛ ਨਹੀਂ ਬਣਾਉਣੇ। ਛਿੱਤਰ ਦੇਖਿਓ ਇੱਧਰ ਕਿੱਦਾਂ। ਉਹਨਾਂ ਕੋਲ ਉੱਥੇ ਡਾਂਗਾਂ ਖਾਧੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤੋਂ ਪਰਸੋਂ, ਉੱਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾਂ। ਹੈਂ, ਇਹ ਤਾਂ ਮੇਰੇ ਸਾਹਮਣੇ ਹੋਇਆ। ਮੈਂ ਮਿੰਨਤਾਂ ਪਾਉਂਦਾ ਰਹਿੰਦਾ, ਕਿਸੇ ਨਾਲ ਲੜਿਓ ਨਾ, ਫਸਾਦ ਨਾ ਕਰੋ ਪਿੰਡ 'ਚ। ਰੋਜ਼ ਅਪੀਲ ਕਰਦਾ, ਨਹੀਂ ਤਾਂ ਬਾਬਾ ਜੀਵਨ ਸਿੰਘ ਦੀਆਂ ਫੌਜਾਂ 'ਚ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ। ਗਰੀਬ ਦੇ ਗੁੱਸੇ ਤੋਂ ਬਚੋ, ਗਰੀਬ ਦੀ ਬਦਦੁਆ ਤੋਂ ਬਚੋ। ਮੇਰਾ ਸੁਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ। ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ। ਔਰ 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਕੱਬੀ ਖਾਨ ਖੰਘਦਾ ਇੱਥੇ। ਯਾਰ ਕੋਈ ਖਿਲਾਫਤ ਦਾ ਜ਼ਮਾਨਾ ਹੀ ਨਹੀਂ ਗਾ। ਪੈਰਾਂ 'ਚ ਪਿਆ ਨੂੰ ਪੈਰਾਂ 'ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ। ਮੈਂ ਇੱਕ ਦਿਨ ਇੱਦਾਂ ਸਿਰ ਕਰ ਦਿੱਤਾ, ਮੈਂ ਕਿਹਾ ਸਿਰ ਚਾਹੀਦਾ ਸਿਰ ਲੈ ਲਓ, ਤੁਸੀਂ ਸਾਡੇ ਭਾਈ ਆ ਗੁੱਸੇ 'ਚ। ਇਹਨਾਂ ਦੇ ਬੰਦੇ ਬਣਨਾ ਨੇ ਛਿੱਤਰਾਂ ਤੋਂ ਬਿਨਾਂ, ਔਰ ਤੁਸੀਂ ਕੁਛ ਨਹੀਂ ਬਣਾਉਣੇ। ਛਿੱਤਰ ਦੇਖਿਓ ਇੱਧਰ ਕਿੱਦਾਂ ਦੇ। ਹੰਸਰਾਜ ਜੀ ਹੰਸਰਾਜ ਜੀ। 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਕੱਬੀ ਖਾਨ ਖੰਘਦਾ ਇੱਥੇ। ਇਹਨਾਂ ਦੇ ਬੰਦੇ ਬਣਨਾ ਨੇ ਛਿੱਤਰਾਂ ਤੋਂ ਬਿਨਾਂ, ਔਰ ਤੁਸੀਂ ਕੁਛ ਨਹੀਂ ਬਣਾਉਣੇ। ਛਿੱਤਰ ਦੇਖਿਓ ਇੱਧਰ ਕਿੱਦਾਂ। ਉਹਨਾਂ ਕੋਲ ਉੱਥੇ ਡਾਂਗਾਂ ਖਾਧੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤੋਂ ਪਰਸੋਂ, ਉੱਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾਂ। ਹੈਂ, ਇਹ ਤਾਂ ਮੇਰੇ ਸਾਹਮਣੇ ਹੋਇਆ। ਮੈਂ ਮਿੰਨਤਾਂ ਪਾਉਂਦਾ ਰਹਿੰਦਾ, ਕਿਸੇ ਨਾਲ ਲੜਿਓ ਨਾ, ਫਸਾਦ ਨਾ ਕਰਿਓ ਪਿੰਡ 'ਚ। ਰੋਜ਼ ਅਪੀਲ ਕਰਦਾ, ਨਹੀਂ ਤਾਂ ਬਾਬਾ ਜੀਵਨ ਸਿੰਘ ਦੀਆਂ ਫੌਜਾਂ 'ਚ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ। ਗਰੀਬ ਦੇ ਗੁੱਸੇ ਤੋਂ ਬਚੋ, ਗਰੀਬ ਦੀ ਬਦਦੁਆ ਤੋਂ ਬਚੋ। ਮੇਰਾ ਸੁਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ। ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ। ਔਰ 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਕੱਬੀ ਖਾਨ ਖੰਘਦਾ ਇੱਥੇ। ਯਾਰ ਕੋਈ ਖਿਲਾਫਤ ਦਾ ਜ਼ਮਾਨਾ ਹੀ ਨਹੀਂ ਗਾ। ਪੈਰਾਂ 'ਚ ਪਿਆ ਨੂੰ ਪੈਰਾਂ 'ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ। ਮੈਂ ਇੱਕ ਦਿਨ ਇੱਦਾਂ ਸਿਰ ਕਰ ਦਿੱਤਾ, ਮੈਂ ਕਿਹਾ ਸਿਰ ਚਾਹੀਦਾ ਸਿਰ ਲੈ ਲਓ, ਤੁਸੀਂ ਸਾਡੇ ਭਾਈ ਆ ਗੁੱਸੇ 'ਚ। ਇਹਨਾਂ ਦੇ ਬੰਦੇ ਬਣਨਾ ਨੇ ਛਿੱਤਰਾਂ ਤੋਂ ਬਿਨਾਂ, ਔਰ ਤੁਸੀਂ ਕੁਛ ਨਹੀਂ ਬਣਾਉਣੇ। ਛਿੱਤਰ ਦੇਖਿਓ ਇੱਧਰ ਕਿੱਦਾਂ ਦੇ। ਹੰਸਰਾਜ ਜੀ ਹੰਸਰਾਜ ਜੀ।